ਲਖਵੀਰ ਸਿੰਘ ਹੈ ਬਾਜੀ ਮੇਰਾ ਕਿੱਥੋਂ ਆਇਆ ਤੁਸੀਂ ਮੈਂ ਫਲਪੈ ਤੋਂ ਇਹ ਸਿਬੂ ਸਿਟੀ ਹੈ ਜਿਹੜੇ ਉੱਥੇ ਮਰਡਰ ਹੋਏ ਹੈਗੇ ਦੋ ਹਾਂਜੀ ਸਾਡੇ ਕੀ ਲੱਗਦਾ ਮੇਰੇ ਛੋਟੇ ਬ੍ਰਦਰ ਆ ਜੀ ਕੀ ਨਾਮ ਕੇ ਹੈ ਬਾਜੀ ਸੁਖਵਿੰਦਰ ਸਿੰਘ ਸਹੀ ਉਹਨਾਂ ਦੇ ਵਾਈਫ ਦਾ ਨਾਮ ਕਰਨਦੀਪ ਕੌਰ ਸੀ ਕਿੰਨੇ ਕਿੰਨੇ ਉਮਰ ਹੈ ਜੀ 41 ਸਾਲ ਸੁਖਵਿੰਦਰ ਸਿੰਘ ਦੀ ਉਮਰ ਸੀਗੀ ਜੀ 33 ਸਾਲ ਸਾਡੀ ਭਰਜਾ ਕਰਨਦੀਪ ਕੌਰ ਦੀ ਉਮਰ ਸੀਗੀ ਕਿਹੜੇ ਸ਼ਹਿਰ ਦੇ ਵਿੱਚ ਉੱਥੇ ਸਿਬੂ ਸਿਟੀ ਜੀ ਦਿਨਾਉ ਉਹਦੇ ਵਿੱਚ ਹੀ ਰਹਿਣ ਵਾਲੇ ਕੀ ਕੰਮ ਹੋ ਗਿਆ ਫਾਈਨਸ ਸਾਡਾ ਕੰਮ ਸਿਕਾ ਜੀ ਉੱਥੇ ਤੁਸੀਂ ਕਦੋਂ ਆਇਓਗੇ ਜੀ ਇੱਥੇ ਵਾਪਸ ਮੈਂ ਨੂੰ ਆਪਣੇ 23 ਤਰੀਕ ਨੂੰ ਜਨਵਰੀ 23 ਤਰੀਕ ਨੂੰ ਆਏ 2 ਮਹੀਨੇ ਹੋਏ ਹਾਂ ਕੀ ਉੱਥੇ ਵਾਕੇ ਹੋਇਆ ਕੀ ਹੈ ਜੀ ਸਾਰਾ ਹੋਇਆ ਜੀ ਹੁਣ ਜਿੱਦਾਂ ਕੈਮਰੇ ਦੇ ਦੇਖਣ ਦੇ ਹਿਸਾਬ ਨਾਲ ਪਤਾ ਲੱਗਦਾ ਜਿੱਦਾਂ ਛੋਟਾ ਭਰਾ ਸਾਡਾ ਕੰਮ ਤੋਂ ਆਇਆ ਤੇ ਗੇਟ ਖੋਲ ਕੇ ਨਾਲ ਅੰਦਰ ਵੜਿਆ ਤੇ ਮਗਰ ਹੀ ਇੱਕ ਸਗਾ ਬੰਦਾ ਆਪਣੇ ਮਗਰ ਉਹ ਆ ਵੜਿਆ ਆ ਕੇ ਤੇ ਕੋਈ ਗੱਲਬਾਤ ਇਹਨਾਂ ਕੀਤੀ ਜਾਂ ਕੋਈ ਪੈਸੇ ਦੀ ਲੈਣ ਦੇਣ ਦੀ ਕੀਤੀ ਜਾਂ ਕੁਝ ਵੀ ਕੀਤੀ ਤੇ ہزار ਹੌਨਸਦੀਆਂ ਪਿਸਤੌਲ ਕੱਢਿਆ ਤੇ ਇਹਨਾਂ ਤੇ ਗੋਲੀਆਂ ਚਲਾਤੀਆਂ ਤਿੰਨ ਤੇ ਇਹ ਕੁਰਸੀ ਦੇ ਜਿੱਦਾਂ ਆ ਕੇ ਬੈਠੇ ਸੀ ਉੱਥੇ ਹੀ ਬੈਠੇ ਰਹਿ ਗਏ ਤੇ ਅੰਦਰ ਨੂੰ ਕੈਂਦੀ ਨੇ ਆਵਾਜ਼ ਦੇਖਣ ਦੀ ਕੋਸ਼ਿਸ਼ ਕੀਤੀ ਤੇ ਦੋ ਗੋਲੀਆਂ ਉਹਦੇ ਮਾਰ ਗਿਆ ਜੀ ਪੰਜ ਗੋਲੀਆਂ ਦੋਨੇ ਜਾਨ ਹਾਂਜੀ ਪੰਜ ਗੋਲੀਆਂ ਦੱਸ ਦੇ ਉੱਥੇ ਰਿਪੋਰਟ ਦੇ ਹਿਸਾਬ ਨਾਲ ਮੌਕੇ ਤੇ ਉਹਨਾਂ ਨੇ ਦੇਖੋ ਵੀ ਹਾਂਜੀ ਸੁਖਵਿੰਦਰ ਸਿੰਘ ਦੀ ਜਿੱਦਾਂ ਕੈਮਰੇ ਦੇ ਹਿਸਾਬ ਨਾਲ ਦੇਖਦੇ ਆ ਤਾਂ ਉੱਥੇ ਡੈਥ ਹੋ ਗਈ ਬਾਕੀ ਕਹਿੰਦੀ ਵੀ ਇੱਕ ਅੱਧਾ ਮਿੰਟ ਕੱਢ ਕੇ ਹੋ ਗਈ ਜਿਹੜਾ ਪਿੱਛੋਂ ਜਾਂਦੀ ਉਹ ਮੋੜ ਦੀ ਗੋਲੀਆਂ ਲੱਗੀਆਂ ਢੋਈ ਤੇ ਇੱਕ ਦੋ ਮਿੰਟ ਕੱਢ ਕੇ ਹੋ ਗਈ ਵਾਦ ਵਿੱਚ ਇਕੱਲੇ ਸੀ ਜੀ ਦੋਨੇ ਜਾਨ ਹਾਂਜੀ ਉਸ ਟਾਈਮ ਇਕੱਲੇ ਸੀਗੇ ਜੀ ਤੁਸੀਂ ਵੀ ਉੱਥੇ ਉਸੇ ਘਰ ਦੇ ਵਿੱਚ ਉੱਥੇ ਰਹਿੰਦੇ ਹਾਂਜੀ ਮੈਂ ਵੀ ਉੱਥੇ ਹੀ ਰਹਿੰਦਾ ਸੀਗਾ ਜੀ ਕੀ ਲੱਗਦਾ ਕੋਈ ਰੰਜਿਸ਼ ਵਗੈਰਾ ਲੱਗਦੀ ਹੈ ਜਾਂ ਕੀ ਲੱਗਦਾ ਨਹੀਂ ਭਾਜੀ ਸਾਡੀ ਇਦਾਂ ਕਿਸੇ ਨਾ ਕੋਈ ਰੰਜਿਸ਼ ਨਹੀਂ ਸੀਗੀ ਨਾ ਕੋਈ ਸਾਡਾ ਇਦਾਂ ਕੰਮ ਦਾ ਕੋਈ ਹੈ ਨਹੀਂ ਕਿ ਸਾਡੇ ਕਿਸੇ ਨਾ ਕੋਈ ਰੰਜਿਸ਼ ਨਹੀਂ ਸੀਗੀ ਇਹ ਤਾਂ ਜੀ ਪਰਮਾਤਮਾ ਜਾਣਦਾ ਹੁਣ ਕੀ ਗੱਲਬਾਤ ਹੋਈ ਆ ਜਾਂ ਉਹਨੂੰ ਛੋਡੇ ਭਰਾ ਨੂੰ ਪਤਾ ਹੋਊਗਾ ਜਾਂ ਉਹ ਕਰਨ ਵਾਲੇ ਨੂੰ ਪਤਾ ਹੋਊਗਾ ਜੀ ਕਿੰਨੇ ਸਾਲ ਤੋਂ ਉਹ ਉਧਰ ਗਏ ਹੋਏ 19 ਸਾਲ ਹੋ ਗਏ ਜੀ ਗਏ ਉਹਨਾਂ ਨੂੰ ਤੇ ਵਿਆਹ ਨੂੰ ਕਿੰਨੇ ਸਾਲ ਹੋਏ ਹੈ ਜੀ 3 ਸਾਲ ਹੋਏ ਹੈ ਜੀ ਤੇਨਦੀ ਵਾਈਫ ਹੋਈ ਜਿੱਦਾਂ ਦੱਸਦੇ ਪਏ ਹੁਣੇ 4-5 ਮਹੀਨੇ ਪਹਿਲਾਂ ਇੱਥੋਂ ਗਏ ਇੰਡੀਆ ਤੋਂ ਹਾਂਜੀ ਚਾਰ ਚਾਰ ਕੁ ਮਹੀਨੇ ਅਗਸਤ ਆਪਣੇ 31 ਨੂੰ ਗਏ ਹਾਂਜੀ ਉਧਰ ਕਾਰਵਾਈ ਵਗੈਰਾ ਕਾਰਵਾਈ ਹਾਂਜੀ ਜੀ ਚੱਲਦੀ ਪਈ ਆ ਬਾਕੀ ਪੋਸਟਮਾਰਥ ਇਹਨਾਂ ਦਾ ਹੋ ਗਿਆ ਉਹ اڈੀਆਂ ਸਾਨੂੰ ਦੇ ਦਿੱਤੀਆਂ ਗਈਆਂ ਤੇ ਕੱਲ ਨੂੰ ਅੰਤਮ ਸਰਕਾਰ ਕਰਨਗੇ ਜੀ ਸਾਡੇ ਚਾਚਾ ਜੀ ਹੁਣੇ ਉੱਥੇ ਹੈਗੇ ਹੋਰ ਫੈਮਿਲੀ ਦੇ ਮੈਂਬਰ ਹੈਗੇ ਆ ਛੋਟਾ ਬ੍ਰਦਰ ਮੇਰਾ ਉੱਥੇ ਹੈਗਾ ਜੀ ਮਦਦ ਸੰਸਕਾਰ ਉੱਧਰ ਹੀ ਹੋਣਾ ਜੀ ਹਾਂਜੀ ਉੱਧਰ ਹੋਣਾ ਕਿ ਅਸੀਂ ਤਾਂ ਕੋਸ਼ਿਸ਼ ਕੀਤੀ ਸੀ ਜੇ ਇੱਥੇ ਆ ਜਾਂਦੇ ਚਲੋ ਸਾਡੇ ਮਾਪੇ ਰਿਸ਼ਤੇਦਾਰ ਦੇਖ ਲੈਂਦੇ ਪਰ ਉੱਥੇ ਦੇ ਹਿਸਾਬ ਨਾਲ ਉਹ ਕਹਿੰਦੇ 20 ਵਾਜ ਦਿਨ ਲੱਗਣੇ ਆ ਇਸ ਕਰਕੇ ਜਿਹੜੀ ਬਾਡੀ ਜ਼ਿਆਦਾ ਖਰਾਬ ਹੋ ਗਈਆਂ ਸੀ ਇਸ ਕਰਕੇ ਆ ਨਹੀਂ ਸਕੀਆਂ ਤੁਹਾਡਾ ਇਹ ਜਿਹੜੇ ਪਰਜਾਈ ਹੈਗੇ ਆ ਉਹ ਕਿਸ ਪਿੰਨ ਨਾਲ ਇਧਰੋਂ ਚਿਚਰਾੜੀ ਤੋਂ ਹਾਂ ਜੀ ਇਸੇ ਹਾਂਜੀ ਫਲੋਰ ਤੋਂ ਫਗਵਾੜੇ ਕੋਲ ਪੈਂਦਾ ਚਚਰਾੜੀ ਪੈਂਦਾ ਉਸ ਤੋਂ